अस्सलाम वालेकुम दोस्तों, क्या हाल चाल। वेलकम टू आवर न्यू व्लॉग। सभी लोग का आगाज आ जी, सुबह का टाइम है कि अज मैं व्लॉग स्टार्ट कर लेना। डेली व्लॉग आया करूँगा तो सुबह सुबह का टाइम आ, 6 बजने वाले आ। तो हूँ आप मुरब्बे जाना वा, पठे उठे लैके आने। एक ही हो रहा सुबह 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 दो नंबर चार पांच किलो ही है कि बकरियां का। तू खाना ਬਾਕੀ ਆਪਣੇ ਡਰੈਸਿੰਗ ਚੇਂਜ ਕਰਦੇ ਹਾਂ, ਚੱਲਦੇ ਹਾਂ ਅੱਗੇ। ਅਤੇ ਚੈਨਲ 'ਤੇ ਜਿਹੜੇ ਵੀ ਦੋਸਤ ਨੇ ਮੇਰੇ ਗੁਜ਼ਾਰਿਸ਼ ਹੈ, ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਕਰ ਦਿਓ ਲਾਜ਼ਮੀ। ਅੱਜ ਸੂਰਜ ਨਿਕਲਿਆ ਕਾਫੀ ਦਿਨਾਂ ਬਾਅਦ, ਅਤੇ ਨਹੀਂ ਤਾਂ ਰੋਜ਼ਾਨਾ ਹੀ ਤਾਂ ਬਾਰਿਸ਼ ਹੁੰਦੀ ਸੀਗੀ। ਘਾਹ ਦੇਖੋ ਕਿੱਡਾ ਕਿੱਡਾ ਹੋਇਆ ਵਾ। ਕੱਲ੍ਹ ਵੀ ਬਾਰਿਸ਼ ਹੋਣ ਡੇ ਸੀ, ਕੱਲ੍ਹ ਦੇ ਵੀ ਤੁਸੀਂ ਦੇਖਿਆ ਹੋਣਾ ਵਲੋਗ ਦੇ ਵਿੱਚ। ਅੱਜ ਸੂਰਜ ਨਿਕਲਿਆ ਵਾ ਅਤੇ ਹੁਣ ਆਪਣੇ ਤੇਲਾਂ ਨੂੰ ਸੂਰਜ ਲੱਗੇਗੀ, ਧੁੱਪ ਲੱਗੂਗੀ, ਸੁੱਕਣਗੇ, ਫਿਰ ਉਹਨੂੰ ਝਾੜ ਕੇ ਉੱਥੇ ਫਿਰ ਜ਼ਮੀਨ ਤਿਆਰ ਕਰੂੰਗੇ। ਜ਼ਮੀਨ ਤਿਆਰ ਕਰਕੇ ਉੱਥੇ ਬੀਜਣਾ ਵਾ ਆਪਾਂ ਗਾਚਾ ਸਿਆੜਾਂ ਦੇ ਉੱਤੇ। ਹਰ ਸਾਲ ਉੱਥੇ ਉਹ ਹੀ ਬੀਜੀਦਾ ਸੀਗਾ, ਅਤੇ ਆ ਜਾਂਦੇ ਦਾ ਟਾਂਡਾ ਇੱਥੇ ਛੱਡਤਾ। ਬਾਕੀ ਇੱਧਰ ਆਪਣਾ ਕਮਾਦ ਆ, ਕਮਾਦ ਥੱਲੇ ਹੁਣ ਗੰਨਾ ਬਣਨਾ ਸ਼ੁਰੂ ਹੋ ਗਿਆ, ਗੰਨੇ ਦੀਆਂ ਫੋਰਾਂ। ਬਾਕੀ ਠੀਕ ਆ, ਬਾਕੀ ਵੱਢਦੇ ਇਸ ਜਿੰਤਰ ਅਤੇ ਜਾਂਦੇ ਫਿਰ ਸਿੱਧਾ ਘਰ ਨੂੰ, ਅਤੇ ਘਰ ਜਾ ਕੇ ਬਾਕੀ ਦੀ ਅਪਡੇਟ ਦੇਣੀ ਕਿ ਅੱਜ ਸਾਰਾ ਦਿਨ ਆਪਾਂ ਕੀ ਕਰਨਾ ਵਾ। ਅਤੇ ਚੈਨਲ 'ਤੇ ਜਿਹੜੇ ਦੋਸਤ ਨਵੇਂ ਗਦਾਰੇ ਜਾਂ ਸਬਸਕ੍ਰਾਈਬ ਕਰਦੇ, ਵੀਡੀਓ ਨੂੰ ਲਾਈਕ ਲਾਜ਼ਮੀ ਕਰ ਲਿਓ। ਲਓ ਜੀ, ਜਿੰਤਰ ਲਿਆ ਕੇ ਆਪਾਂ ਰੱਖ ਦਿੱਤਾ ਵਾ ਇੱਥੇ। ਬਾਕੀ ਥਰੈਸ਼ਰ ਦੇ ਯਾਰ ਆਪਾਂ ਨਾ ਟਾਇਰ ਲਾਉਣੇ ਆ, ਜਦੋਂ ਦੀ ਗਰਮੀਆਂ ਗੁਜ਼ਰੀਆਂ ਵਾ ਨਾ, ਟਾਇਰਾਂ ਸਮੇਤ ਹੀ ਖੜੀ ਆ। ਬੰਬੂ ਵੀ ਅਤੇ ਟਾਇਰ ਵੀ ਇਹ ਲਾ ਕੇ ਰੱਖਣੇ ਆ। ਉੱਧਰ ਆਗਾ ਟਾਇਰ ਵੀ ਇਸੇ ਤਰ੍ਹਾਂ ਦਾ ਹੀ ਆ, ਮਤਲਬ ਇਸੇ ਤਰ੍ਹਾਂ ਦਾ ਕਹਿਣ ਦੇ ਇਹ ਲਾ ਕੇ ਰੱਖਣੀ ਆ। ਉੱਤੋਂ ਜਿੰਤਰ ਲਾ ਨਾ ਸਾਰਾ, ਅਤੇ ਟਰੈਕਟਰ ਉੱਦਾਂ ਦਾ ਵਾਸ਼ ਕਰਾ ਕੇ ਲਿਆਉਣਾ ਸੀਗਾ ਆਪਾਂ, ਅਤੇ ਲੇਕਿਨ ਬਾਰਿਸ਼ ਪੈ ਗਈ। ਬਾਰਿਸ਼ ਪੈਣ ਦੀ ਵਜ੍ਹਾ ਤੋਂ ਉੱਤੋਂ ਤਾਂ ਕਲੀਨ ਹੋ ਗਿਆ, ਲੇਕਿਨ ਥੱਲੋਂ ਕੋਈ ਨਹੀਂ ਹੋਇਆ ਹੈਗਾ। ਲਿਆ ਕੇ ਉਹਨੂੰ ਸੁੱਟ ਵੀ ਦਿੱਤਾ ਜਿੰਤਰ ਨਾਲ ਲੱਗਦਾ। ਲਓ ਜੀ ਦੋਸਤੋ, ਬਾਰਿਸ਼ ਸਟਾਰਟ ਹੋ ਗਈ ਅੱਜ ਫਿਰ। ਸੁਬਹ ਚੰਗਾ ਭਲਾ ਸੂਰਜ ਨਿਕਲਿਆ ਸੀਗਾ, ਲੇਕਿਨ ਹੁਣ ਫਿਰ ਬਾਰਿਸ਼ ਸਟਾਰਟ ਹੋ ਗਈ ਕਾਫੀ ਤੇਜ਼। ਬਾਰਿਸ਼ ਨਹੀਂ ਵਧੀਆ, ਧੁੰਦੇ ਜਿਹੜੇ ਤੇਲ ਆ ਨਾ ਉਹ ਖਰਾਬ ਹੋ ਜਾਣੇ ਆ, ਹੋਰ ਏਡੀ ਗੱਲ ਕੋਈ ਨਹੀਂ ਹੈਗੀ। ਬਾਰਿਸ਼ ਉੱਦਾਂ ਤਾਂ ਫਾਇਦੇਮੰਦ ਆ ਫਸਲਾਂ ਵਾਲੇ, ਹੁਣ ਆ ਵੀ ਕਾਫੀ ਤੇਜ਼ ਰਹੀ ਆ। ਬਾਰਿਸ਼ ਕਾਫੀ ਤੇਜ਼ ਹੋ ਗਈ ਆ, ਅੱਗੇ ਮੱਠੀ ਮੱਠੀ ਸੀਗੀ ਲੇਕਿਨ ਹੁਣ ਤੇਜ਼ ਆ। ਦੇਖੋ ਕਿੱਦਾਂ ਪਾਣੀ ਨਿਕਲਣ ਡਿਆ ਵਾਪਰ ਨਾਲੇ ਵੀ। ਚਲੋ ਜਦੋਂ ਰੁਕ ਰਹੀ ਆ ਫਿਰ ਨਿਕਲਦੇ ਹਾਂ ਬਾਹਰ ਜਾ ਕੇ ਫਸਲਾਂ ਦੀ ਸੂਰਤ ਹਾਲ ਦੇਖ ਕੇ ਉਹਨੇ ਕੀ ਆ। ਸਾਰੇ ਆਪਾਂ ਚੱਲੇ ਸੀ ਹੁਣ ਮੁਰੱਬੇ, ਕਿਉਂਕਿ ਆਪਾਂ ਕੱਪੜੇ ਚੇਂਜ ਕਰਦੇ ਸੀ, ਮੁਰੱਬੇ ਹੋ ਕੇ ਆ ਗਏ ਸੀਗੇ, ਕੰਮ ਵਗੈਰਾ ਜਾਣਾ ਸੀਗਾ ਹੁਣ 14 ਵਾਲੇ ਵੀ।
ਜਦੋਂ ਬਾਰਿਸ਼ ਦੀ ਵਜ੍ਹਾ ਭੇਜਦੇ ਇੱਥੇ ਬਾਰਿਸ਼ ਹੋ ਕੇ ਰੁਕ ਚੁੱਕੀ ਆ, ਪਹਿਲੇ ਹੋ ਰਹੀ ਸੀਗੀ ਲੇਕਿਨ ਹੁਣ ਰੁਕ ਗਈ। ਬੱਦਲ ਗੱਜਣ ਡਿਆ, ਘਰ ਨੂੰ ਚੱਲ ਜਾ, ਘਰ ਨੂੰ ਚੱਲ ਜਾ। ਲਓ ਜੀ ਆਹ ਬੰਦਾ ਹੁਣ ਚੱਲਾ ਵਾ ਪੱਠੇ ਲੈਣ। ਟਾਈਮ ਕਿੰਨਾ ਹੋ ਗਿਆ ਭਲਾ, ਟਾਈਮ 9:06 ਹੋ ਗਏ ਆ। ਲਓ ਜੀ ਬਾਰਿਸ਼ ਫਿਰ ਆ ਗਈ ਆ ਅਤੇ ਆਪਾਂ ਚਲੀਏ ਘਰ ਨੂੰ। ਬਾਰਿਸ਼ ਰੁਕੂ ਨਹੀਂ, ਫਿਰ ਆਵਾਂਗੇ ਦੁਬਾਰਾ ਬਾਅਦ ਵਿੱਚ। ਕੌਣ ਜਿੱਤ ਰਿਹਾ ਆ? ਕੀ ਹੋਇਆ? ਉਹਦੀ ਵੀਡੀਓ ਚੜ ਗਈ ਯਾਰ। ਆ ਲੈ ਤੇਰੀ ਵੀ ਚੜ ਜਾਣੀ, ਸਾਡੀ ਚੜਾ ਦੇ। ਤੂੰ ਲਾ ਲਈਆਂ ਸਟੈਂਪਾਂ? ਅਸੀਂ ਲਾਤੀਆਂ, ਸਾਡੇ ਹੱਥਾਂ ਹੀ ਪਈਆਂ ਸਟੈਂਪਾਂ ਤੇ। ਚਲੋ ਆ ਤਾਂ ਸਦਾਈ ਚਾਰ ਚੌਕੀਆਂ ਸੀ, ਉਹ 2,00,000 ਦੋ ਹੱਥ ਫੜਿਆ। ਉਹ ਲੱਖ ਦੀ ਉਹ ਤੇਰੇ ਸਾਰੇ ਪੱਤੇ ਲਾ ਦੇ। ਮੈਂ ਦੱਸੇ ਨਹੀਂ ਹੈਗੇ, ਮੈਂ ਵੀਡੀਓ 'ਚ ਦੱਸੇ ਆ। ਬਾਕੀ ਜੀ ਬਾਰਿਸ਼ ਪੈ ਕੇ ਰੁਕ ਚੁੱਕੀ ਆ ਅਤੇ ਬਾਰਿਸ਼ ਹੋਈ ਜਾ ਰਹੀ ਆ, ਹੁਣ ਰੁਕੀ ਆ, ਥੋੜ੍ਹੀ ਦੇਰ ਬਾਅਦ ਕਿਨਮਨ ਸ਼ੁਰੂ ਹੋ ਜਾਣੀ ਆ। ਸੁਬਾਹ ਦੀ ਇਸੇ ਤਰ੍ਹਾਂ ਲਗਾਤਾਰ ਬਾਰਿਸ਼ ਸਟਾਰਟ ਆ, ਬੱਦਲ ਉੱਤੇ ਘੁੜੇ ਆ। ਕੱਲ੍ਹ ਵੀ ਬਹੁਤ ਜ਼ਿਆਦਾ ਬਾਰਿਸ਼ ਹੋਈ ਆ, ਅੱਜ ਵੀ ਕਾਫੀ ਜ਼ਿਆਦਾ ਹੀ ਹੋ ਗਈ ਬਾਰਿਸ਼ ਸੁਬਾਹ ਦੀ। ਆਲਮੋਸਟ ਹੁਣ 3 ਵਾਲੇ ਆ, ਸ਼ਾਮ ਦੇ 3 ਦਾ ਟਾਈਮ ਆ ਅਤੇ ਜਿਹੜੇ ਆਪਣੇ ਤੇਲ ਆ, ਜਿਹੜੇ ਨਹੀਂ ਝਾੜੇ ਹੈਗੇ ਉਹਨਾਂ ਦਾ ਪ੍ਰੋਗਰਾਮ ਤਾਂ ਵੜ ਜਾਣਾ। ਤੂੰ ਵੀ ਵੜ ਜਾ, ਤੂੰ ਕਿੱਧਰ ਨਿਕਲ ਆਇਆ? ਹੈਂ ਸਾਹਮਣੇ ਵੀ ਤੇਲ ਵੜ ਗਿਆ। ਉਹ ਸਾਹਮਣੇ ਵੀ ਪਏ ਆ ਤੇਲ, ਤੇਲ ਹੋਰ ਕੀ। ਬਾਕੀ ਪੱਕੇ ਖਿਲਾੜੀ ਹੁਣ ਗਏ ਆ ਖੇਲਣ, ਉਹ ਉੱਥੇ ਮੈਂ ਗਲਤੀ ਨਾਲ ਮੁੰਡੇ ਦੇ ਪੱਤੇ ਦੱਸ ਆਇਆ, ਸਾਰਿਆਂ ਨੂੰ ਪਤਾ ਲੱਗ ਗਿਆ, ਮੈਂ ਤਾਂ ਵੀਡੀਓ 'ਚ ਦੱਸਿਆ ਪਤਾ ਸਾਰਿਆਂ ਨੂੰ ਲੱਗ। ਅਰਮਾਨ ਅਤੇ ਉਮਰ ਆ, ਅਰਮਾਨ ਅਤੇ ਉਮਰ ਕਹਿੰਦੇ ਸੀ ਅਸੀਂ ਆਉਣਾ, ਉਹਨਾਂ ਦੀ ਕਾਲ ਆਈ ਸੀਗੀ ਅਤੇ ਬਾਕੀ ਦੇਖਦੇ ਜੇ ਉਹ ਆਉਣਗੇ ਤਾਂ ਡੇਰੇ 'ਚ ਆ ਕੇ ਉਹਨਾਂ ਨੂੰ ਗਾਰੇ 'ਚ ਘੁਮਾਉਂਦੇ ਹਾਂ। ਕਿੱਥੋਂ ਆਏ ਹਾਂ ਸਾਰੇ ਜਣੇ? ਰੁੱਕ ਜਾਓ, ਲੈਣ ਬਣਾ ਕੇ ਰੁੱਕ ਜਾਓ, ਉਂਗਲਾਂ ਨਾ ਮਾਰ, ਰੁੱਕ ਸਣਾ, ਇਹਦੀ ਵੀਡੀਓ ਬਣਾਈਏ। ਆਈਆ ਬਿਲਾ, ਏ ਸ਼ਾਬਾਸ਼ ਵੀਡੀਓ ਬਣ ਡਈ ਆ, ਦੇਖ ਲਾ ਵੀਡੀਓ ਵੱਲ ਦੇਖ, ਉਹਨੂੰ ਕੀ ਪਤਾ ਵੀਡੀਓ ਦਾ। ਤੇਰੀ ਭੈਣ ਕਿੱਥੇ ਗਈ ਆ? ਨੱਟ ਕੇ ਫਟਾਫਟ ਕੋਈ ਛਾਵਾਂ ਫੜ ਲਾ ਆਪਣੀ, ਡਿੱਗਣ ਦੇਈ ਆ ਪੱਧਰੇ। ਅੱਲਾ ਸਨਾ ਫੜ, ਚਲੋ ਚਲੋ ਚੈੱਕ ਕਰੋ ਜੀ, ਬੰਦਾ ਕਾਲਜੋਂ ਆਇਆ ਸਿੱਧਾ ਇਸ ਕੰਮ ਤੇ। ਬਾਕੀ ਜੀ ਇੱਧਰ ਆਪਣੀ ਟਿਕਟੋਕ ਖੁੱਲੀ ਆ ਸਾਹਮਣੇ, ਕੰਮ ਹੋ ਰਿਹਾ ਫੁੱਲ ਭਰ ਦੇਣਾ ਕਾਹਦਾ। ਆਹ ਦੇਖੋ ਸਕੂਲੋਂ ਆਇਆ, ਦੇਖੋ ਇੱਧਰ ਉਮਰ ਫਸਲ ਦੇ ਚਾਂਸ ਕਿੰਨੇ ਆ, ਪੱਤੇ ਸ਼ੋਅ ਕਰਾ ਦਿਓ ਯਾਰ। ਅੱਜ ਨਾ ਆਹ ਬੰਦਾ ਸਕੂਲ ਨੂੰ ਆਇਆ, ਘਰਦਿਆਂ ਨੂੰ ਧੋਖਾ ਦੇ ਕੇ ਸਾਡੇ ਕੋਲ ਆ ਕੇ ਬਹਿ ਕੇ ਇਹਨੇ ਤਸੱਲੀ ਨਾਲ ਤਾਸ਼ ਖੇਲੀ ਆ, ਹੁਣ ਸ਼ਾਂ ਹੁਣ ਸ਼ਾਂ ਇਹ ਮੈਂ ਕੱਟ ਕਰ ਦੇਣਾ ਵਿੱਚ, ਤੂੰ ਉਹਦੀ ਟੈਨਸ਼ਨ ਨਾ ਲੈ। ਆ ਲੈ ਚਾਬੀਆਂ ਯਾਰ ਤੇਰੀ, ਇਸਲਾਮਾਬਾਦ ਤੂੰ ਵੀ ਵਲੌਗ ਬਣਾਉਣਾ ਨਹੀਂ, ਤੂੰ ਤੇ ਕੋ ਵਲੌਗ ਬਣਨੇ ਸਾਰੇ ਗਾਣਾ ਕਰਦੇ ਸੀ, ਇਹਨੂੰ ਸਾਰੇ ਮੈਂ ਕਿਸ ਬਣਾਵਾਂਗੇ, ਤੂੰ ਤੇ ਕੋ ਨਹੀਂ ਬਣਨਾ, ਉਮਰ ਸਾਰੇ ਗਾਣਾ ਕੱਢੀ ਆ ਸਾਹ ਬਣਾਈ ਵੀਡੀਓ ਠੀਕ ਬੈਲਟ ਘਾਟੀ ਪਾਵਾ
ਲੋ ਨਾ ਆਦਰੀ ਲੱਗ ਲੱਥਣ ਲੱਗੀ ਐ ਓਏ ਇਦਾਂ ਦੀ ਕਮੈਂਟਰੀ ਨਾ ਕਰ। ਹਾਂਜੀ ਬਿਲਕੁਲ ਕਹਿੰਦਾ ਇਦਾਂ ਦੀ ਕਮੈਂਟਰੀ ਨਾ ਕਰ। ਉਮਰ ਸਾਹਿਬ ਜੀ ਨਾ ਚੰਦ ਪਾਇਆ ਵਾ ਅਗੇ ਮੁੰਡਾ ਹੋ ਗਿਆ ਆ ਬੰਦਾ ਸੀਗਾ ਡਾਕਟਰ ਆ ਇਹ ਡਾਕਟਰ ਡਾਕਟਰ ਆ ਆਪਣਾ ਇਲਾਜ ਕਰਦਾ ਪਿਆ ਇੱਥੋਂ ਇੱਥੋਂ ਐਨ ਮੂੰ ਕਰੀ ਚੱਲ ਤੋਰ ਚੱਲੀਏ। ਬਾਕੀ ਜੀ ਬੱਦਲ ਹੋਏ ਆ ਬਾਰਿਸ਼ ਕਦੀ ਆ ਜਾਂਦੀ ਆ ਕਦੀ ਰੁਕ ਜਾਂਦੀ ਆ ਅਤੇ ਹੁਣ ਚੱਲੇ ਅਸੀਂ ਡੇਰੇ ਚਿਰਾਗ ਬਾਲਣ ਅਤੇ ਅੱਜ ਜਿਵੇਂ ਰਾਤ ਵਾਲ ਪੈਣਾ ਸ਼ਾਮ ਦਾ ਟਾਈਮ ਆ ਅਤੇ ਬੱਦਲ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਹੋਏ ਇੱਧਰ ਜੀ। ਆ ਵੀ ਆਪਣੇ ਇੱਕ ਮਾਂ ਦਾ ਤਾਏ ਦਾ ਇਹ ਸਾਰੀ ਆਪਣੀ ਜ਼ਾਤੀ ਜ਼ਮੀਨ ਆ ਇੱਥੇ ਜਿਹੜੀ ਹੈ ਪਿੱਛੇ ਸੀਗਾ ਆਹ ਕਲੱਚ ਫਣੀ ਹੋਏ ਚੱਲ ਛੱਡ ਦੇ ਲੋ ਜੀ ਪਹੁੰਚ ਚੁੱਕੇ ਹਾਂ ਡੇਰੇ ਅਤੇ ਬਾਰਿਸ਼ ਦੇ ਵਿੱਚ ਹੀ ਟਰਾਲੇ ਥਰੈਸ਼ਰਾਂ ਹੱਲਾਂ ਹਰਸ਼ਾ ਪਈ ਆ ਰੈਪਰ ਵੀ ਵਾਹਵਾ ਦਿਨਾਂ ਬਾਅਦ ਆਏ ਇੱਧਰ ਆਪਣਾ ਡੇਰੇ ਵੱਲ ਵਲੋਗ ਦੇ ਵਿੱਚ ਤੁਸੀਂ ਦੇਖਿਆ ਹੋਣਾ ਦੂਸਰੇ ਤੀਸਰੇ ਦਿਨ ਵਲੋਗ ਇਹਦਾ ਡੇਰੇ ਦਾ ਲੇਕਿਨ ਉੱਦਾਂ ਆਈਦਾ ਕਿਤੇ ਹਫ਼ਤੇ ਡੇਢ ਹਫ਼ਤੇ ਬਾਅਦ ਆਈਦਾ ਇਹਨੂੰ ਡੇਰੇ ਵੱਲ ਮਤਲਬ ਪਹਿਲੇ ਇੱਥੇ ਆਪਾਂ ਰੋਜ਼ ਆਉਂਦੇ ਹੁੰਦੇ ਸੀ ਜਦੋਂ ਮੈਂ ਵਲੋਗ ਨਹੀਂ ਨਾ ਬਣਾਉਣਾ ਹੁੰਦਾ ਸੀਗਾ ਪਹਿਲੇ ਰੋਜ਼ਾਨਾ ਆਈਦਾ ਸੀਗਾ ਬਿਲਾਨਾ ਦਾ ਥੱਲੇ ਪਾਣੀ ਦੇਖੋ ਟਰਾਲਿਆਂ ਦੇ ਕਿੰਨਾ ਜ਼ਿਆਦਾ ਖੜਾ ਵਾ। ਬਾਕੀ ਜੀ ਹੁਣ ਆ ਰਹੀ ਆ 12 ਰਬੀ ਲਵਲ 12 ਰਬੀ ਲਵਲ ਅਤੇ ਪਿਛਲੀ ਵਾਰੀ ਤੁਸੀਂ ਦੇਖਿਆ ਹੋਣਾ ਆਪਾਂ ਵਲੋਗ ਬਣਾਏ ਸੀਗੇ ਇਨਫਿਨਿਕਸ ਵਾਲੇ ਮੋਬਾਈਲ ਤੋਂ ਅਤੇ ਉਦੋਂ ਆਪਣਾ ਟਰੈਕਟਰ ਵੀ ਸਜਾਇਆ ਸੀਗਾ ਗਲੀ ਵੀ ਸਜਾਈ ਸੀਗੀ ਆਪਣਾ ਜਿਹੜਾ ਥੜੇ ਹੁੰਦੇ ਆ ਪਹਾੜੀਆਂ ਵਗੈਰਾ ਬਣਾਈਆਂ ਸੀ ਸਾਰਾ ਕੁਛ ਸਜਾਇਆ ਸੀਗਾ ਅਤੇ ਮਤਲਬ 12 ਰਬੀ ਲਵਲ ਪੂਰੀ ਖੁਸ਼ੀ ਦੇ ਨਾਲ ਮਨਾਇਆ ਸੀਗਾ ਅਤੇ ਲੇਕਿਨ ਐਤਕੀ ਪਿਛਲੀ ਵਾਰੀ ਉਹਨਾਂ ਨੇ ਕੰਪੀਟੀਸ਼ਨ ਰੱਖਿਆ ਸੀਗਾ ਪੂਰੇ ਪਿੰਡ ਦੇ ਵਿੱਚ ਪਹਿਲੇ ਸਾਡੇ ਕੰਪੀਟੀਸ਼ਨ ਹੁੰਦੇ ਸੀ ਲੇਕਿਨ ਪਿਛਲੀ ਵਾਰੀ ਨਹੀਂ ਸੀ ਹੋਇਆ ਪਿਛਲੇ ਸਾਲ ਉਹਨਾਂ ਨੇ ਇਹ ਐਲਾਨ ਕੀਤਾ ਸੀਗਾ ਕਿ ਜਿਹੜਾ ਸਭ ਤੋਂ ਅੱਛਾ ਸਜਾਏਗਾ ਨਾ ਆਪਣਾ ਬਾਜ਼ਾਰ ਆਪਣੇ ਘਰਾਂ ਨੂੰ ਲਾਈਟਿੰਗ ਦੇ ਨਾਲ ਜਿਹੜੀ ਗਲੀ ਮਾਸ਼ਾਅੱਲਾ ਸਭ ਤੋਂ ਅੱਛੀ ਹੋਊਗੀ ਉਹਨੂੰ ਇਨਾਮ ਦਿੱਤਾ ਜਾਏਗਾ ਪਤਾ ਨਹੀਂ 10-30 ਹਜ਼ਾਰ ਰੁਪਈਆ ਮੇਰੇ ਖਿਆਲ ਨਾਲ ਇਨਾਮ ਸੀਗਾ ਫਸਟ ਜਿਹੜਾ ਆਊਗਾ ਸੈਕਿੰਡ ਲਈ ਵੀ ਇਨਾਮ ਸੀਗਾ ਥਰਡ ਲਈ ਵੀ ਇਨਾਮ ਸੀਗਾ ਅਤੇ ਮਤਲਬ ਪੂਰੀ ਗਲੀ ਨੂੰ ਮਿਲਣਾ ਸੀਗਾ ਗਲੀ ਦਾ ਜਿਹੜਾ ਇੰਤਜ਼ਾਮੀਆ ਹੁੰਦੀ ਜਿਹੜੀ ਸਜਾਉਣੀ ਆ ਆਪਣੀ ਗਲੀ ਆ ਪੂਰੇ ਪਿੰਡ ਦੇ ਵਿੱਚੋਂ ਮਾਸ਼ਾਅੱਲਾ ਸਭ ਤੋਂ ਸੋਹਣੀ ਸੱਜਦੀ ਆ ਪਹਾੜੀਆਂ ਵਗੈਰਾ ਬਣਦੀਆਂ ਆ ਅਤੇ ਮਾਸ਼ਾਅੱਲਾ ਕੱਪੜਾ ਵੀ ਲਾਈਟਿੰਗ ਵੀ ਅੱਛੀ ਵਾਲੀ ਹੁੰਦੀ ਆ ਅਤੇ ਐਤਕੀ ਵੀ ਪੂਰੇ ਮਹੱਲੇ ਨੇ ਮਤਲਬ ਸਲਾਹ ਬਣਾਈ ਆ ਪੈਸੇ ਫੀ ਕਰੋ ਅਸੀਂ 1000-1000 ਰੁਪਈਆ ਲਈਦਾ ਹਰ ਸਾਲ ਅਤੇ ਉਹਦਾ ਸਮਾਨ ਵਗੈਰਾ ਲੈ ਕੇ ਆਈਦਾ ਸ਼ਹਿਰੋਂ ਜਾ ਕੇ ਜਿਹੜਾ ਪਿਛਲੇ ਸਾਲ ਦਾ ਸਮਾਨ ਹੁੰਦਾ ਵਿੱਚ ਉਹ ਵੀ ਐਡ ਕਰੀਦਾ ਆ ਅਤੇ ਐਤਕੀ ਵੀ ਆਪਣਾ ਇਹੀ ਸਲਾਹ ਬਣਨ ਲਈ ਆ ਹੁਣ ਕਿ ਪੈਸੇ ਇਕੱਠੇ ਕਰੀਏ ਫੀ ਕਰੋ ਹਰ ਇੱਕ ਘਰ ਕੋਲੋਂ ਸਮਾਨ ਲੈ ਕੇ ਆਈਏ ਕੁਛ ਘਰਾਂ ਕਰੋ ਪੈਸੇ ਇਕੱਠੇ ਕਰ ਵੀ ਲਏ ਆ ਅਤੇ ਲੇਕਿਨ ਉਹਦਾ ਵਲੋਗ ਨਹੀਂ ਹਜੇ ਤੱਕ ਬਣਾਇਆ ਹੈਗਾ ਰਾਤ ਦਾ ਟਾਈਮ ਸੀਗਾ ਇਕੱਠੇ ਜੋ ਤਾਂ ਕੀਤੇ ਸੀਗੇ ਮਾੜੇ ਮੋਟੇ ਅਤੇ ਬਾਕੀ ਹੁਣ ਪ੍ਰੋਪਰ ਆਪਾਂ ਵਲੋਗ ਬਣਾਉਂਗੇ ਸ਼ਹਿਰ ਜਾਵਾਂਗੇ ਸਾਰਾ ਸਮਾਨ ਵਗੈਰਾ ਲੈ ਕੇ ਆਵਾਂਗੇ ਆਪਣੇ ਘਰ ਦੇ ਲਾਈਟਾਂ ਲੈ ਕੇ ਆਵਾਂਗੇ ਝੰਡੇ ਵਗੈਰਾ ਲੈ ਕੇ ਆਵਾਂਗੇ ਅਤੇ ਬਾਰਿਸ਼ ਐਦ ਕੀ ਜਾਣ ਨਹੀਂ ਛੱਡਣ ਡੀ ਆ ਦੇਖੋ ਬਾਰਿਸ਼ ਪਾਣੀ ਥੱਲੇ ਕਿੱਦਾਂ ਖੜਾ ਆ ਅਤੇ ਇਹ ਹਿਸਾਬ ਕਿਤਾਬ ਐਦ ਕੀ ਆਪਣਾ ਟਰੈਕਟਰ ਦੇਖਾਂਗੇ ਸਜਾਉਣਾ ਹੋਇਆ ਅਤੇ ਉਹ ਵੀ ਟਰੈਕਟਰ ਵੀ ਲਾਜ਼ਮੀ ਸਜਾਵਾਂਗੇ ਅਤੇ ਬਾਕੀ ਮੇਰੇ ਕਜ਼ਨ ਆ ਉਹ ਕਹਿ ਰਹੇ ਹੈਗੇ ਜੀ ਆਪਾਂ ਲਾਹੌਰ ਜਾਣਾ ਮੋਟਰਸਾਈਕਲਾਂ 'ਤੇ ਮੋਟਰਸਾਈਕਲਾਂ ਦੇ ਉੱਤੇ ਲਾਹੌਰ ਜਾਣਾ ਉਹਦਾ ਵੀ ਕੋਈ ਪਲੈਨ ਬਣਨ ਡਿਆ ਆ ਜੇ ਸਾਡੀ ਪਲੈਨ ਬਣਿਆ ਜਾਂ ਸਲਾਹ ਬਣੀ ਤਾਂ ਮੋਟਰਸਾਈਕਲ ਦੇ ਉੱਤੇ ਲਾਜ਼ਮੀ ਜਾਵਾਂਗੇ ਅਤੇ ਬਾਕੀ ਦੇਖੋ ਇਹਦਾ ਆਉਣ ਵਾਲੇ ਟਾਈਮ ਨੂੰ ਪਤਾ ਲੱਗਣਾ ਜਾ ਹੋਣਾ ਕਿ ਨਹੀਂ ਜਾ ਹੋਣਾ
ਬਾਕੀ ਅੱਜ ਦਾ ਵਲੋਗ ਯਾਰ ਮੈਂ ਸੋਚਿਆ ਸੀਗਾ ਆਸੇ ਪਾਸੇ ਜਾਣਾ ਸੀ, ਇੱਕ ਦੋ ਜ਼ਰੂਰੀ ਕੰਮ ਸੀਗੇ, ਸ਼ਹਿਰ ਨੂੰ ਜਾਣਾ ਸੀ 14 ਵਜੇ ਜਾਣਾ ਸੀ ਤੁਹਾਨੂੰ ਸੁਬਹਾ ਵੀ ਮੈਂ ਦੱਸਿਆ ਸੀ ਵਲੋਗ 'ਚ, ਲੇਕਿਨ ਬਾਰਿਸ਼ ਦੀ ਵਜ੍ਹਾ ਕਿਤੇ ਜਾ ਹੀ ਨਹੀਂ ਹੋਇਆ। ਹੁਣ ਬਾਰਿਸ਼ ਰੁਕੀ ਆ, ਅਰਮਾਨ ਹੁਣੀ ਚੱਲ ਗਏ ਆਪਣੇ ਘਰ ਨੂੰ, ਅਸੀਂ ਇੱਧਰ ਆ ਗਏ ਡੇਰੇ ਵੱਲ, ਅਤੇ ਡੇਰੇ ਆਪਣੀ ਦਾਦੀ ਪਹਿਲਾਂ ਹੀ ਮੌਜੂਦ ਸੀਗੀ ਇੱਥੇ। ਅਤੇ ਬਾਕੀ ਇਹ ਹਿਸਾਬ ਕਿਤਾਬ ਆ ਵਲੋਗ 'ਚ, ਹੁਣ ਕੱਲ੍ਹ ਨੂੰ ਬਣਾਉਂਗੇ, ਕੱਲ੍ਹ ਨੂੰ ਆਪਣਾ ਜਿਹੜਾ ਵੀ ਕੰਮ ਵਗੈਰਾ ਰਹਿੰਦਾ ਨਾ ਥੋੜ੍ਹਾ ਬਹੁਤ ਕੱਲ੍ਹ ਨੂੰ ਕਰਾਂਗੇ। ਅੱਜ ਚਲੋ ਇਸੇ ਤਰ੍ਹਾਂ ਹੀ ਵਲੋਗ ਹੋ ਗਿਆ ਘੁੰਮ ਫਿਰ ਕੇ ਮਾੜਾ ਮੋਟਾ, ਬਾਕੀ ਬਾਅਦ 'ਚ ਦੱਸਦੇ ਇੱਥੋਂ। ਹੁਣ ਜਾਂਦੇ ਸਿੱਧਾ ਘਰ ਨੂੰ, ਦੇਖਦੇ ਕੀ ਸੂਰਤ ਹਾਲ ਆ ਬਾਕੀ ਦੀ। ਬਾਕੀ ਜੀ ਹੁਣ ਚੱਲੇ ਹਾਂ ਆਪਾਂ ਘਰ ਨੂੰ, ਅਤੇ ਇੱਧਰਲੀ ਸਾਈਡ 'ਤੇ ਆਪਾਂ ਗਾਚਾ ਬੀਜਿਆ ਸੀਗਾ, ਤੁਹਾਨੂੰ ਪਤਾ ਆਪਣਾ ਜੈਂਤਰ ਹੈ ਨਾ ਜਿਹੜਾ ਖਤਮ ਹੋ ਗਿਆ ਆ, ਉਹ ਫਰੂਗ ਐਨੂੰ ਹੁਣ ਡਿਆ, ਤੈਨੂੰ ਲੈਣ ਆਉਣ ਡਿਆ। ਆਹ ਜੈਂਤਰ ਬੀਜਿਆ ਆ, ਜੈਂਤਰ ਸੋਰੀ ਗਾਚਾ ਬੀਜਿਆ ਵਾ, ਲੇਕਿਨ ਗਾਚਾ ਐਡਾ ਹੋਇਆ ਹੀ ਨਹੀਂ ਹੈਗਾ, ਵਿਰਲਾ ਵਿਰਲਾ ਆ, ਅਤੇ ਹਜੇ ਹੈਗਾ ਵੀ ਨਿੱਕਾ ਨਿੱਕਾ। ਆਪਣਾ ਜਿਹੜਾ ਜੈਂਤਰ ਉਹਦਾ ਖਤਮ ਹੋਈ ਜਾਂਦਾ ਆ, ਖਤਮ ਹੋ ਗਿਆ ਫਿਰ ਪਤਾ ਨਹੀਂ ਕਿਹੜੀ ਸ਼ਾਇਦ ਵੱਢ ਕੇ ਪਾਇਆ ਕਰਨੀ ਆ। ਇੱਧਰ ਝੋਨਾ ਲਾਇਆ ਵਾ, ਵਿੱਚ ਪਾਣੀ ਆ, ਤੈਨੂੰ ਲੈਣ ਆਉਣ ਡਿਆ ਆ। ਬੱਦਲ ਆਇਆ ਜੀ ਬਹੁਤ, ਚੈੱਕ ਕਰੋ ਜੀ ਬੱਦਲ ਕਿਸ ਤਰ੍ਹਾਂ ਆਇਆ। ਆਪਾਂ ਨਮਾਜ਼ ਪੜ੍ਹ ਕੇ ਆਏ ਹਾਂ ਮਗਰਬ ਦੀ, ਅਤੇ ਹੌਲੀ ਹੌਲੀ ਨਾ ਭੂਰ ਫਿਰ ਸ਼ੁਰੂ ਹੋ ਗਈ ਆ, ਅਤੇ ਮਤਲਬ ਬਾਰਿਸ਼ ਰੁਕਣ ਦਾ ਨਾਮ ਹੀ ਨਹੀਂ ਲੈਣ ਲਈ, ਉੱਥੇ ਬੱਦਲ ਹੋਏ ਕਾਫੀ ਜ਼ਿਆਦਾ, ਆਸਥਾਨ ਬਾਰਿਸ਼ ਹੀ ਹੋਣ ਲਈ ਆ। ਨਮਾਜ਼ ਪੜ੍ਹ ਕੇ ਫਟਾਫਟ ਚੱਲਦੇ ਘਰ ਨੂੰ, ਸਕਿਉਰਟੀ ਗਾਰਡ ਘੁੰਮਣ ਡੇ ਗਲੀ ਦੇ, ਸਾਰੀ ਰਾਤ ਰਹਿਣਾ ਥੱਲੇ ਹੋ ਤੈਨੂੰ ਬਸ ਜੀ। ਕੀ ਵਲੋਗ ਆਪਣਾ ਚੈਨਲ, ਆਹ ਦੇਖੋ ਜੀ ਪੀਜ਼ੇ ਖਾਣ ਦੀ ਸੋਚਣ ਡਿਆ, ਖਰਾਬ ਹੁੰਦੇ ਭਾਈ ਪੀਜ਼ਾ ਖਾਣ ਜਾਣਾ। ਹੁਣ ਵਲੋਗ ਆਪਣਾ ਇੱਥੇ ਤੱਕ ਹੀ, ਚੈਨਲ 'ਤੇ ਜਿਹੜੇ ਦੋਸਤ ਨੇ ਮੇਰੀ ਗੁਜ਼ਾਰਿਸ਼ ਆ ਸਬਸਕ੍ਰਾਈਬ ਕਰ ਦਿਓ, ਇਹਨਾਂ ਨੂੰ ਲਾਈਕ ਕਰ ਦਿਓ, ਅਤੇ ਹੁਣ ਪੀਜ਼ਾ ਖਾਣ ਦੀ ਸਲਾਹ ਬਣਨ ਡਈ ਆ, ਜੇ ਗਏ ਅਤੇ ਵੀਡੀਓ 'ਚ ਨਹੀਂ ਆਪਾਂ ਵਧਾਉਣੀ ਹੈਗੀ, ਕਿਉਂਕਿ ਸੀਕਰੇਟ ਨਹੀਂ ਜਾਣਾ ਦੋਸਤ ਦੇ ਨਾਲ, ਅਰਮਾਨ ਅਤੇ ਉਮਰ ਦੇ ਨਾਲ ਜਾਣਾ ਵਾ। ਜੋ ਕਹਿੰਦੇ ਸੀ ਆਪਾਂ ਵੀਡੀਓ ਨਹੀਂ ਬਣਾਉਣੀ, ਨਹੀਂ ਤਾਂ ਬਾਕੀ ਬੰਦਿਆਂ ਨੂੰ ਵੀ ਪਤਾ ਲੱਗ ਜਾਣਾ ਕਿ ਅਸੀਂ ਪੀਜ਼ਾ ਖਾਣ ਗਏ ਹਾਂ, ਇਸ ਵਜ੍ਹਾ ਤੋਂ ਠੀਕ ਹੋ ਗਿਆ।